ਚਲ ਜੀ ਪੁੱਠੇ ਵੀ ਢੱਕ ਲਏ ਆ ਉਹ ਤੋਂ ਮੀਂਹ ਤਾਂ ਨਹੀਂ ਕੋਈ ਪਤਾ ਹੁਣ ਇੱਦਾਂ ਕਰਨਾ ਜਾ ਕੇ ਸ਼ਰਨ ਨੂੰ ਜਾ ਕੇ ਦੇਖਾਂ ਭਲਾ ਦਵਾਈ ਖਾਧੀ ਕਿ ਨਹੀਂ ਕਿਤੇ ਹੋਰ ਨਾ ਬਿਮਾਰ ਹੋ ਜੇ ਗਈ ਆ ਕਿਡੇ ਗੁੱਸੇ 'ਚ ਕੋਠੇ 'ਤੇ ਕੰਮ ਕਰਦਾ ਕੋਈ ਫਿਕਰ ਨਹੀਂ ਆ ਕਿਹੜੇ ਵੇਲੇ ਦੀ ਗਈ ਆਪਣੇ ਆਪ ਹੀ ਬੰਦਾ ਆ ਜਾਂਦਾ ਕੋਈ ਘੰਟਾ ਦੋ ਘੰਟੇ ਲਾਵਾਂ ਅਤੇ ਆਈ ਨਹੀਂ ਗਈ ਹੈਗੀ ਕੰਮ ਇਹਦੇ ਪਿਓ ਨੇ ਕਰਨਾ ਆਣ ਕੇ कोठे चढ़ी है मेरा जी नहीं किया आवाज मारू कोठे चढ़ी मैं अंदर लम्मे पा गया अंदर लम्मे पिया कोठे ते चढ़ी जाके तो वेख चलो लगी होनी मां हो करना बंद करता है शर्मा 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 बुआ की गोली है ना यार ये तो ठीक नहीं है कि है वो तो बुआ ही बंद मेरे तरह कोई गड़बड़ नहीं लगन मैं भी बहुत बड़ा जवाब दी है शर्मा उठ शर्मा 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 बोल तो सही कुछ यार कि शरीर बड़ा ठंडा वा शर्मा 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 इतना यार डॉक्टर को फोन करना पैना जी शर्मा उठ यार डॉक्टर चक लिया फोन यार एक तो यार डॉक्टर नहीं लिया फोन चकन यार पता नहीं कितने मर गया कितने हूँ इतना करना मैं नाल लैके आना मेरी गल सुन इना टाइम मैं दसा मैं अपने पता की गड्डी करना बहुत मेरी गल सुन
ਮੈਂ ਉਧਰੋਂ ਵੇਲੇ ਲੋ ਤੁਰੇ ਆਉਂਦੇ ਆਂ ਜੀ ਮੁੰਡੇ ਬੜੀ ਛੇਤੀ ਗੱਡੀ ਭਜਾ ਕੇ ਲੈ ਕੇ ਗਏ ਮੋੜ ਕੇ ਕਾਲੀ ਕਾਲੀ ਕੀ ਗੱਲ ਆ ਹੋਣਾ ਕੀ ਆ ਜਿਹੜੀ ਸਰਕਾਰ ਦੀ ਸ਼ਰਨ ਕੋਠੇ ਤੇ ਜਾ ਕੇ ਤੇ ਪਖੰਡ ਕਰਨ ਦੀ ਜੇ ਤਾਂ ਮਰ ਗਈ ਹੁੰਦੀ ਤੇ ਮਰਨਾ ਇਹਨੇ ਕਿੱਥੋਂ ਮੇਰੀ ਗੱਲ ਲੱਥਣਾ ਮਰ ਗਈ ਹੁੰਦੀ ਬੇਹੋਸ਼ ਹੋਈ ਹੈ ਬੇਹੋਸ਼ ਬੈਸ ਕੱਖ ਨਹੀਂ ਹੋਈ ਚਲਾਕੀਆਂ ਕਰਦੀ ਆ ਉਹ ਵੇਖਣਾ ਹੈ ਕਿਤੇ ਐਵੇਂ ਨਾ ਉਸੇ ਅਰਬ ਮੂਡ ਦੇ ਵਿੱਚ ਰਹੀ ਕਿਤੇ ਹੋਰ ਨਾ ਕੋਈ ਪੰਗਾ ਪੈ ਗਿਆ ਹੋਵੇ ਲੈ ਕੇ ਗਏ ਨੇ ਹੋਣਾ ਨਹੀਂ ਉਹਨੂੰ ਕੁਛ ਵੀ ਤੁਸੀਂ ਇੰਨਾ ਫਿਕਰ ਨਾ ਕਰੋਗੇ ਕਿੱਥੋਂ ਮੇਰੇ ਗਲੋਂ ਲੱਥਣੀ ਆ ਮੈਂ ਤਾਂ ਜੀ ਮਰ ਮੁੱਕ ਜਾਏ ਘੜੀ ਕੁ ਲੇਟ ਆਉਂਦਾ ਜਿਹੜਾ ਕੰਮ ਹੋ ਜਾਂਦਾ ਹੁੰਦੇ ਕੋਈ ਏਦਾਂ ਨਹੀਂ ਕਹੀਦਾ ਹੋਈਦਾ ਮਰਨਾ ਕਿ ਪਹਿਲਾਂ ਕਿਤੇ ਆ ਜਾਣੀ ਆ ਆਹ ਜਿਹੜੀ ਚਲਾਕੋ ਨਿੱਕੀ ਆਣ ਕੇ ਮੇਰੇ ਗੱਲ ਪੈਣ ਦੀ ਮੈਂ ਦੱਸ ਤੂੰ ਕੀ ਕੀਆ ਮੈਂ ਤਾਂ ਕੋਈ ਗੱਲ ਹੀ ਨਹੀਂ ਕੀਤੀ ਹੈਗੀ ਨਹੀਂ ਇਹਨੂੰ ਗੱਲ ਕੀ ਹੋਈ ਆ ਹੋਇਆ ਕੀ ਕੋਈ ਪਤਾ ਕੁੰਦੀ ਸਹੀ ਦੀ ਨਹੀਂ ਪਤਾ ਨਹੀਂ ਮੈਨੂੰ ਆਂਦੇ ਬੇਹੋਸ਼ ਹੋ ਗਈ ਆ ਪਰ ਮੈਂ ਆਪਦਾ ਨਹੀਂ ਵੀ ਕੰਮ ਤੋਂ ਬਚਣ ਕਰਕੇ ਰਹੀ ਹੈ ਉਦਾਂ ਨੂੰ ਕੱਖ ਨਹੀਂ ਹੋਇਆ ਹੈ ਉਹ ਮਰਪਿੰਦਰ ਨੂੰ ਪੁੱਛ ਰਿਹਾ ਤੂੰ ਨਹੀਂ ਕੁਛ ਵੀ ਦੱਸਣਾ ਜੇ ਉਹਨੂੰ ਤਾਂ ਹੋ ਗਿਆ ਬੱਜੇ ਮਰ ਜਾਗੇ ਕਿਤੇ ਨਹੀਂ ਬੱਜੇ ਮਰ ਜਾਂਦੇ ਤੈਨੂੰ ਤਾਂ ਉੱਥੇ ਵੀ ਰੋਟੀਆਂ ਮਿਲ ਜਾਣੀਆਂ ਜੇਲ੍ਹ 'ਚ ਰੋਟੀਆਂ ਖਾਣੀਆਂ ਕਿਤੇ ਖਾ ਲਈ ਪਤਾ ਨਹੀਂ ਹੁਣ ਕੀ ਬਣਨਾ ਤੇ ਕੀ ਨਹੀਂ ਮੰਮੀ ਵੀ ਨਾ ਘਰ ਦੇ ਵਿੱਚ ਕਲੇਸ਼ ਹੀ ਪਾ ਛੱਡਦੀ ਸੀ ਪਤਾ ਨਹੀਂ ਹੁਣ ਕੀ ਹੋਣਾ ਆ ਇੱਕ ਆ ਮਾਸਾ ਜਿੰਨੀ ਵਿਚਾਰੀ ਹਾਲੇ ਕਿਤੇ ਪਤਾ ਵੀ ਨਹੀਂ ਇਹਨੂੰ ਵੀ ਮੇਰੀ ਮੰਮੀ ਕਿੱਥੇ ਜਾਂ ਕਿੱਥੇ ਨਹੀਂ ਪਤਾ ਨਹੀਂ ਕੀ ਬਣਨਾ ਰਪਿੰਦਰ ਹਾਂਜੀ ਡੈਡੀ ਕੀ ਗੱਲ ਹੋਈ ਪੁੱਤ ਡੈਡੀ ਹੁਣ ਆ ਕੀ ਆ ਪਤਾ ਨਹੀਂ ਦੀਦੀ ਨੂੰ ਕੀ ਹੋ ਗਿਆ ਕੋਠੇ ਤੇ ਗਈ ਸੀ ਹਾਂ ਉੱਥੇ ਬੇਹੋਸ਼ ਪਈ ਉਹਦੇ ਜੱਗੀ ਵੀਰ ਗਿਆ ਮਗਰ ਅੱਛਾ ਉਹਦੇ ਜਾਂਦੇ ਨੂੰ ਕੋਈ ਹੋਸ਼ ਨਹੀਂ ਕਰਨ ਦੀ ਨਾ ਹਿੱਲਣ ਜੁੱਲਣ ਦੇ ਪਤਾ ਨਹੀਂ ਹੁਣ ਡੈਡੀ ਕੀ ਬਣਨਾ ਤੇ ਕੀ ਨਹੀਂ ਬਣਨਾ ਨੇ ਕੁਦੀ ਬੋਲਦੀ ਵੀ ਨਹੀਂ ਬਿਲਕੁਲ ਨਹੀਂ ਡੈਡੀ ਉਹਨੂੰ ਹੋਸ਼ ਹੀ ਕੋਈ ਨਹੀਂ ਵੀ ਮੈਂ ਕਿੱਥੇ ਆ ਤੇ ਕਿੱਥੇ ਨਹੀਂ ਤੇ ਫੇਰ ਤਾਂ ਮੁੜ ਕੇ ਉਹ ਗੱਡੀ ਦੇ ਵਿੱਚ ਪਾ ਕੇ ਲੈ ਗਏ ਨਾਲ ਲੱਲੀ ਗਿਆ ਵਾ ਹੁਣ ਤੇਰਾ ਭਲਾ ਹੋ ਜੇ ਤੇਰਾ ਹੈ ਭੱਜ ਜੇ ਸੀ ਕੁੜੀ ਵਿਚਾਰੀ ਤੇ ਮੇਰੀ ਗੱਲ ਸੁਣ ਤੂੰ ਇਦਾਂ ਕਰ ਹੁਣ ਸਾਨੂੰ ਤਾਂ ਪਤਾ ਨਹੀਂ ਕਿ ਹਸਪਤਾਲ ਕਿਹੜੇ ਲੈ ਕੇ ਗਏ ਹੋਣੇ ਆ ਹਾਂਜੀ ਤੂੰ ਮਾੜਾ ਜਿਹਾ ਜੋਬਨ ਨੂੰ ਫੋਨ ਕਰਦੇ ਚੱਲ ਉਹ ਵੀ ਉੱਥੇ ਪਹੁੰਚ ਜੂਗਾ ਉਹਨਾਂ ਦੇ ਕੋਲ ਡੈਡੀ ਉਹਨਾਂ ਨੇ ਤੇ ਮੇਰਾ ਫੋਨ ਨਹੀਂਗਾ ਚੁੱਕਣਾ ਫੋਨ ਨਹੀਂ ਚੁੱਕਣਾ ਉਹਨਾਂ ਨੇ ਚੁੱਕਣਾ ਮੇਰਾ ਫੋਨ ਮੈਨੂੰ ਪਤਾ ਆ ਨਾ ਤੂੰ ਇਦਾਂ ਕਰ ਉਹ ਮੇਰੇ ਹੈਗਾ ਇੱਕ ਮਾੜਾ ਜਿਹਾ ਫੋਨ ਹਾਂ ਉੱਥੋਂ ਲਾ ਦੇ ਮੜ ਜਾ ਤੈਨੂੰ ਕੀ ਪਤਾ ਚੁੱਕ ਹੀ ਲੈਣ ਮੇਰਾ ਫੋਨ ਹੈ ਮੈਂ ਕਰ ਲਾਂਗਾ ਗੱਲ ਜੋਬਨ ਨਾਲ ਚੱਲ ਫਿਰ ਮੈਂ ਤੁਹਾਨੂੰ ਲਾ ਦਿੰਦੀ ਤੁਸੀਂ ਗੱਲ ਤੂੰ ਬੈ ਇੱਥੇ ਮੈਂ ਲਿਆ ਕੇ ਦਿੰਦਾ ਤੈਨੂੰ ਚੱਲ ਆਇਓ ਫਿਰ ਮੈਂ ਕਰ ਦਿੰਦੀ ਹਾਂ ਖੇਡਦਾ ਮੇਰਾ ਪੁੱਤ ਠੀਕ ਹੈ ਇਹਦੇ ਨਾਲ ਆਹ ਪੁੱਤ ਲਾ ਜੀ ਇੱਕ ਤਾਂ ਮੇਰੀ ਨਜ਼ਰ ਵੀ ਇੰਨੀ ਕੰਮ ਨਹੀਂ ਕਰਦੀ ਹਾਂਜੀ ਲਿਆਓ ਲਾਉਂਦੀ ਹੈਲੋ ਹੈਲੋ ਹਾਂ ਜੋਬਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਉਹ ਅਸੀਂ ਕੀ ਸੁਣਾਉਣਾ ਯਾਰ ਉਹ ਤੇਰੀ ਭੈਣ ਨੂੰ ਪਤਾ ਨਹੀਂ ਕੀ ਗੱਲ ਹੋ ਗਈ ਆ ਮੈਂ ਤਾਂ ਘਰ ਨਹੀਂ ਸੀ ਪਤਾ ਨਹੀਂ ਉਹ ਸ਼ਰਨ ਨੂੰ ਕੀ ਚੱਕਰ ਪਿਆ ਉਹ ਹਸਪਤਾਲ ਲੈ ਗਈ ਉਹ ਜੱਗੀ ਹੋਣੀ ਬਸ ਆ ਥੋੜਾ ਚਿਰ ਹੀ ਹੋਇਆ ਵਾ ਤੇ ਤੂੰ ਇੱਦਾਂ ਕਰ ਤੇਰੇ ਕੋਲ ਜੇ ਕੋਈ ਨੰਬਰ ਹੈਗਾ ਨਾ ਜੱਗੀ ਦਾ ਤਾਂ ਉਹਦੇ ਨਾਲ ਫੋਨ ਤੇ ਗੱਲ ਕਰ ਲਾ ਉਹਨੂੰ ਪੁੱਛ ਲੈ ਕਿਹੜੇ ਹਸਪਤਾਲ ਆ ਤੇ ਪਹੁੰਚ ਜਾ ਉੱਥੇ ਦਵਾ ਦਵ ਹੁਣ ਮੈਨੂੰ ਇਹ ਨਹੀਂ ਪਤਾ ਲੈ ਕੇ ਕਿੱਥੇ ਗਏ ਆ ਕੁੜੀ ਦੀ ਬੜੀ ਹਾਲਤ ਮਾੜੀ ਸੁਣੀ ਆ ਮੈਂ ਤੇ ਹਾਂ ਫੋਨ ਕਰਕੇ ਤੇ ਪੁੱਤ ਉਹਦੇ ਨਾਲ ਗੱਲਬਾਤ ਕਰ ਲਾ ਕਿੱਥੇ ਯਾਰ ਕੀ ਹਿਸਾਬ ਕਿਤਾਬ ਹੈ ਚੱਲ ਠੀਕ ਆ ਪੁੱਤ ਠੀਕ ਆ ਕਹਿੰਦਾ ਮੈਂ ਜਾਣਾ ਵਾ ਕਰਨਾ ਉਹਦੇ ਨਾਲ ਗੱਲ ਤੇ ਮੈਂ ਵੇਖਣਾ ਵੀ ਕਿੱਥੇ ਗਏ ਆ ਅੱਛਾ ਹੈ ਆ ਤਾਂ ਪੁੱਛ ਲੈਣ ਭਲਾ ਆ ਮੈਂ ਪਤਾ ਤਾਂ ਲੱਗੇ ਕੀ ਗੱਲ ਆ ਤੇ ਲੱਗੇ ਚੱਲ ਜੇਗਾ ਉਹਨਾਂ ਦੇ ਨਹੀਂ ਮੈਂ ਵੀ ਲਵਲੀ ਨੂੰ ਲਾ ਕੇ ਵੇਣੀ ਆ ਭਲਾ ਚੱਲ ਉਹਨੂੰ ਪੁੱਤ ਵੀ ਲਾ ਪਤਾ ਕਰ ਵੀ ਕੀ ਗੱਲ ਆ ਆਪਣੇ ਆਲੇ ਨੂੰ ਲਾ ਲੈ ਹੈ ਆ ਮੈਂ ਪੁੱਛਦੀ ਹਾਂ ਮੰਮੀ ਹਾਂ ਪੁੱਤ ਸ਼ਰਨ ਦੇ ਸਹੁਰੇ ਦਾ ਫੋਨ ਆਇਆ ਸੀ ਮੈਨੂੰ ਅੱਛਾ ਉਹ ਤਾਂ ਕਹਿਣਾ ਵੀ ਸ਼ਰਨ ਜ਼ਿਆਦਾ ਨਹੀਂ ਕਿ ਠੀਕ ਉਹਨੂੰ ਗੁਰਦਾਸਪੁਰ ਖੜਿਆ ਵਾ ਅੱਛਾ ਕੀ ਹੋ ਗਿਆ ਉਹਨੂੰ ਪਤਾ ਨਹੀਂ ਕਿਉਂ ਇਹ ਤੇ ਬੈਠੋ ਮੇਰਾ ਇਰਾਦਾ ਵਾ ਕਿ ਜੱਗੀ ਨੂੰ ਫੋਨ ਨਾ ਕਰੀਏ ਕੀ ਹਾਲ ਸ਼ਰਨ ਦਾ ਹਾਂ ਠੀਕ ਵਾ ਨਹੀਂ ਕੀ ਹੋਇਆ ਵਾ ਅੱਛਾ ਹਾਏ ਮੈਂ ਮਰ ਜਾ ਸੱਚੀ ਮੁੱਚੀ ਕੀ ਗੱਲ ਹੋਈ ਆ ਪੁੱਤ ਤੁਹਾਡੀ ਸ਼ਰਨ ਨਹੀਂ ਰਹੀ ਕੀ ਕਹਿਣੇ ਮੰਮੀ ਨੇ ਸਹੀ ਗੱਲ ਆ ਪੁੱਤ ਮੰਮੀ ਗੱਲ ਤਾਂ ਦੱਸੋ ਹੋਈ ਕੀ ਆ ਪੁੱਤ ਮੈਂ ਤੈਨੂੰ ਕੀ ਦੱਸਾਂ ਤੇਰੀ ਭੈਣ ਨਹੀਂ ਹੋ ਰਹੀ ਤੇ ਹੁਣ ਹੈ ਕਿੱਥੇ ਹੋ ਉੱਥੇ ਹੀ ਅਜੇ ਆਪਾਂ ਇੱਦਾਂ ਕਰੀਏ ਚਲੀਏ ਉੱਥੇ ਮਗਰ ਮੀ ਉਹ ਇੱਦਾਂ ਹੁਣ ਦਿਲ ਨਾ ਛੱਡੋ ਤਾਂ ਉਹ ਮੜਾ ਜਾ ਡੈਡੀ ਨੂੰ ਵੀ ਦੱਸੋ ਮੜਾ ਜਾ ਦੱਸੋ ਉਹ ਮੰਮੀ ਇਦਾਂ ਨਾ ਕਰੋ ਉੱਠੋ ਤਾਂ ਮੈਂ ਕਦੀ ਸੋਚਿਆ ਵੀ ਨਹੀਂ ਕਿ ਮੈਂ ਇੱਧਰ ਹੋਣੀ ਆ ਉਹ ਚੱਲ ਕੋਈ ਨਹੀਂ ਮੰਮੀ ਦਿਲ ਨਾ ਛੋਟਾ ਕਰੋ
ਉਹਨਾਂ ਕਹਿਣਾ ਵੀ ਮਗਰ ਕੋਈ ਆਇਆ ਨਹੀਂ ਗਾ ਉੱਠੋ ਤਾਂ ਉੱਥੇ ਚੱਲੀਏ ਉੱਠੋ ਤਾਂ ਡੈਡੀ ਨੂੰ ਦੱਸੀਏ ਨਾਲੇ ਉੱਠੋ ਤਾਂ ਡੈਡੀ ਹਾਂਜੀ ਤਾਂ ਉੱਠੋ ਮੜ ਜਾ ਹਾਂ ਮੰਮੀ ਹੌਸਲਾ ਕਰੋ ਇੱਕ ਮਿੰਟ ਦਾ ਉਹ ਹੈ ਕੀ ਆ ਜੱਗੀ ਦਾ ਫੋਨ ਆਇਆ ਸੀਗਾ ਹਾਂ ਉਹ ਕਹਿੰਦਾ ਵੀ ਸ਼ਰਨ ਨਿੱਗੀ ਦੇ ਉਹ ਕਿਤਾਂ ਕੀ ਬਣਿਆ ਉਹਦਾ ਕੀ ਪਤਾ ਕੀ ਬਣਿਆ ਵਾ ਉਹ ਤਾਂ ਸ਼ਹਿਰ ਲੈ ਕੇ ਗਏ ਸੀਗੇ ਤੇ ਹੁਣ ਉਥੋਂ ਇਹ ਪਤਾ ਲੱਗਾ ਜੇ ਉਹ ਨਾ ਰੋ ਕੋ ਮਗਰ ਗਿਆ ਨਹੀਂ ਮਗਰ ਕਿੰਨੇ ਚਲਾ ਅਸੀਂ ਜਾਣਾ ਵਾ ਹੈ ਤੇ ਕਿਦਾਂ ਆਪਾਂ ਜਾਂਦੇ ਤੇ ਤੁਸੀਂ ਫਿਰ ਆ ਜਿਓ ਮਗਰ ਤੇ ਚਲੋ ਠੀਕ ਆ ਠੀਕ ਆ ਜਾਓ ਜਾਓ ਉਹ ਇਦਾਂ ਨਾ ਕਰੋ ਹੁਣ ਚੱਲ ਵੀਰ ਜੋ ਰੱਬ ਨੂੰ ਮਨਜ਼ੂਰ ਹੀ ਹੋਏ ਹੋਣਾ ਸੀ ਤੂੰ ਨਾ ਦੇਖ ਸੋਟਾ ਕਰ ਮੈਨੂੰ ਤਾਂ ਪੱਲੇ ਲੱਗੇ ਟੁੱਕੀ ਆ ਕਾਸ਼ ਕਿਤੇ ਮੈਨੂੰ ਪਤਾ ਹੁੰਦਾ ਲਾ ਮੈਨੂੰ ਕਿਤੇ ਪਹਿਲਾਂ ਲੈ ਜਾਂਦਾ ਯਾਰ ਬੜੀ ਦੁਨੀਆ ਤੇ ਲੱਗੇ ਤੂੰ ਮਦੀ ਲਵਲੀ ਯਾਰ ਤੂੰ ਕਿਦਾਂ ਪਹਿਲਾਂ ਲੈ ਜਾਂਦਾ ਜਦੋਂ ਰੱਬ ਨੂੰ ਇਹੋ ਮਨਜ਼ੂਰ ਹੀ ਤੇ ਤਾਂ ਚੁੱਪ ਕਰ ਜਾ ਹੁਣ ਚੁੱਪ ਕਰ ਜਾ ਚੁੱਪ ਮੈਂ ਨਹੀਂ ਹੋ ਜਾਂਦਾ ਯਾਰ ਕੀ ਬਣੂਗਾ ਸਾਰੀ ਉਮਰ ਰੋਂਦੀ ਮਰ ਜਾਣਾ ਉਹਨੂੰ ਮਾਂ ਲੱਭਣੀ ਹੋਣਾ ਤੂੰ ਮੇਰੇ ਕਹਿਣ ਤੇ ਮੁੱਕ ਗਈ ਜੇ ਰੱਬ ਉਹਨੂੰ ਕੱਢੀ ਤੇ ਤਾਂ ਮੁੱਕੀ ਆ ਅੜਾ ਨਿੱਤ ਘਰ ਕਲੇਸ਼ ਪੈਂਦਾ ਨਾ ਇਹ ਸਭੋ ਕਰਾਇਆ ਉਹਨੇ ਮਾਤਾ ਹੁਣ ਚੁੱਪ ਕਰ ਜਾ ਉਹ ਕਿਤੇ ਜਿੰਦੀ ਨੂੰ ਰਹਿਣ ਦਿੱਤਾ ਉਹ ਮਰੀ ਨੂੰ ਕਿਤੇ ਰਹਿਣ ਦੇ ਹੁਣ ਤੁਹਾਨੂੰ ਨਾ ਕਿਸੇ ਨੂੰ ਵੀ ਦੁੱਖ ਨੀ ਹੈਗਾ ਤੁਸੀਂ ਵੇਖਣ ਜੇ ਮੇਰਾ ਤਮਾਸ਼ਾ ਉਹ ਤਾਂ ਮੈਂ ਜਾਣਾ ਜਾਂ ਮੇਰਾ ਰੱਬ ਜਾਣਦਾ ਵਾ ਕਿ ਮੈਂ ਜ਼ਿੰਦਗੀ ਕਿੱਦਾਂ ਕੱਟਣੀ ਹੈ ਤੂੰ ਨਿੱਕੀ ਜੀ ਨੇ ਕਿੱਦਾਂ ਕੱਟਣੀ ਹੈ ਵੀ ਇਹ ਤੇ ਗਾਂਹ ਜਾਣੇ ਹੈ ਹੀ ਇਤਾਂ ਦੇ ਤੂੰ ਵੀ ਮੇਰਾ ਨਾਂ ਲਾਉਂਦਾ ਪਿਆ ਤੈਨੂੰ ਪਤਾ ਹੈ ਕਿੱਦਾਂ ਮਰੀ ਤੇ ਕਿੱਦਾਂ ਨਹੀਂ ਤੈਨੂੰ ਉਹ ਦੱਸ ਕੇ ਮਰੀ ਉਹ ਮਾਤਾ ਰੱਬ ਨੂੰ ਜਾਣਦੇ ਨੇ ਕਿਤੇ ਹੁਣ ਕਿਤੇ ਟੇਕੇ ਬਹਿ ਜਾ ਨਾਲੇ ਜਿੰਨੀਆਂ ਤੈਨੂੰ ਗੱਲਾਂ ਕਰਦੀ ਹੁੰਦੀ ਹੈ ਨਾ ਉਹਨੇ ਜਿੰਦਾ ਰਹਿਣਾ ਵੀ ਨਹੀਂ ਹੈਗਾ ਇਹ ਤੇ ਪਹਿਲੇ ਵਿਚਾਰੀ ਮਰੀ ਸੀ ਬਸ ਸਾਹ ਹੀ ਲੈਣ ਦੀ ਮੰਮੀ ਤੁਹਾਡਾ ਦਿਲ ਵਾ ਕੇ ਪੱਥਰ ਵਾ ਹੁਣ ਹੀ ਕਿਤੇ ਆਪਣੇ ਆਪ ਨੂੰ ਬਦਲ ਲਓ ਕਿੰਨਾ ਵੱਡਾ ਕੰਮ ਹੋ ਗਿਆ ਹੁੰਦੇ ਵੇਖਾਂ ਕੱਲ ਦੇ ਜਵਾਬ ਤੋਂ ਮੱਤਾਂ ਮੈਨੂੰ ਦੇਣ ਦੇ ਨੇ ਮੈਂ ਉਹਨੂੰ ਕੁਝ ਦੇ ਕੇ ਤੇ ਨਹੀਂ ਮਾਰਦਾ ਮੰਮੀ ਹੁਣੀ ਉਹਨੂੰ ਵੇਖ ਲਓ ਮੂੰਹ ਹੀ ਵੇਖ ਲਓ ਉਹਦਾ ਸੌਕੀ ਨਹੀਂ ਆ ਹੁਣ ਖੁਸ਼ ਵਾ ਹੁਣ ਜੋ ਚਾਹੁੰਦੀ ਹੋ ਗਿਆ ਨਾ ਬੇੜਾ ਰੋੜ ਕੇ ਰੱਖਦਾ ਸੀ ਸਾਰੇ ਘਰ ਦਾ ਅੱਛਾ ਉਹਨੂੰ ਮੈਂ ਇਹ ਕੰਮ ਕੀਤਾ ਵਾ ਮੈਂ ਇਹਦੇ ਨਾਲ ਤੇ ਮੈਂ ਮਰ ਜਾਂਦੀ ਨਾ ਤੇ ਤੁਸੀਂ ਸੌਖੇ ਹੋ ਜਾਂਦੇ ਸਾਰੇ ਮੈਂ ਤਾਂ ਕਹਿੰਦੇ ਸ਼ੁਕਰ ਆ ਰੱਬ ਦਾ ਕਿਤੇ ਤੂੰ ਮਰ ਜਾਂਦੇ ਸੁਖੀ ਦੇ ਵਾਸਤੇ ਤੇ ਰਹਿੰਦੇ ਉਹ ਵਿਚਾਰੀ ਬੜੀ ਬਚਾਈ ਰਹਿੰਦੀ ਜਦੋਂ ਦੀ ਮੈਂ ਆਈ ਇਹਨੂੰ ਮੇਰੇ ਤਾਂ ਹੱਥ ਧੋ ਕੇ ਸਾਰਾ ਟੱਬਰ ਹੀ ਮਗਰ ਪੈ ਗਿਆ ਮੈਂ ਨਾ ਤੂੰ ਪੈ ਗਈ ਸਾਰਿਆਂ ਨੇ ਕੱਲੇ ਕੱਲੇ ਨੂੰ ਮਾਰਿਆਂਗੀ ਸਾਰਿਆਂ ਨੂੰ ਤੇਰੇ ਵਰਗੇ ਜਨਾਨੇ ਨਾਲੋਂ ਤੇ ਉਦਾਂ ਹੀ ਚੰਗੇ ਹਾਂ ਇਹ ਤੁਸੀਂ ਇੰਨੇ ਔਖੇ ਨੇ ਮੇਰੇ ਤੋਂ ਤੇ ਮੈਨੂੰ ਮਾਰ ਛੱਡੋ ਇੱਕ ਦਾ ਤੇ ਸਕਾਰ ਕਰਨਾ ਦੂਜੇ ਦਾ ਵੀ ਕਰ ਛੱਡੋ ਨਾਲ ਲੱਗਦਾ ਮੈਨੂੰ ਤੇਰੇ ਜੀਣ ਨੂੰ ਥੋੜਿਆ ਵੀ ਕੀ ਆ ਮੈਂ ਤਾਂ ਨਾ ਤੂੰ ਉਸ ਤੋਂ ਪਹਿਲਾਂ ਨਿਕਲ ਇੱਥੋਂ ਮਰ ਤੂੰ ਵੀ ਨਿਬੜੇ ਤੇਰਾ ਕੰਮ ਮੇਰੇ ਹੱਥ ਵਾਸ ਮੈਂ ਹੁਣੇ ਮਿੰਟ ਚ ਆਂਦੀ ਮਰ ਜਾ ਹੱਥ ਵਾਸ ਨੂੰ ਕੀ ਆ ਜਾਂ ਤੇ ਕਈ ਛਾਲ ਮਾਰ ਦੇ ਖੁੱਚ ਜਾ ਕੇ ਉਹ ਡੈਡੀ ਚੁੱਪ ਕਰੋ ਕਿਉਂ ਤੁਸੀਂ ਤਮਾਸ਼ਾ ਲਾਇਆ ਇੱਕੋ ਮਰ ਗਈ ਆ ਤਾਂ ਤੁਸੀਂ ਤਮਾਸ਼ਾ ਲਾ ਕੇ ਬੈਠੇ ਜੇ ਉਹ ਰਿਸ਼ਤੇਦਾਰ ਆਉਂਦੇ ਉਹਨਾਂ ਨੂੰ ਕੀ ਮੂੰਹ ਦੱਸਣਾ ਹੁਣ ਉਹਨਾਂ ਨੂੰ ਸੰਭੋ ਪਹਿਲਾਂ ਉਹ ਮੈਨੂੰ ਤੇ ਇਹ ਗੱਲ ਹੀ ਸ਼ਰਮ ਆਉਣ ਡਈ ਆ ਹੁਣ ਰਿਸ਼ਤੇਦਾਰ ਆਉਣਗੇ ਆ ਪਿੰਡ ਵਾਲੇ ਆਉਣਗੇ ਉਹਨਾਂ ਨੂੰ ਕੀ ਦੱਸਾਂਗੇ ਇਹਨੂੰ ਕੀ ਹੋਇਆ ਵਾ
ਨਾਲ ਮੈਨੂੰ ਇਹ ਦੱਸੋ ਡਾਕਟਰ ਨੇ ਕੀ ਕਿਹਾ ਵਾ, ਇਹਨੂੰ ਹੋਇਆ ਕੀ ਆ, ਮਰੀ ਕਿਉਂ ਆਏ? ਉਹ ਡੈਡੀ ਡਾਕਟਰ ਨੇ ਕੀ ਕਹਿਣਾ ਵਾ, ਉਹ ਆਂਦਾ ਵੀ ਟੈਂਸ਼ਨ ਜ਼ਿਆਦਾ ਲੈ ਲਈ ਇਹਨੇ ਤੇ ਅਟੈਕ ਹੋ ਗਿਆ ਇਹਨੂੰ ਸਾਇਲੈਂਟ, ਉਹਨੇ ਝਟਕਾ ਨਹੀਂ ਸਿਆ ਇਹਨੇ। ਐਡੀ ਚੰਗੀ ਕੁੜੀ ਸੀ, ਆਹ ਬਲਸਣੀ ਲੈ ਕੇ ਬਹਿ ਗਈ ਉਹਨੂੰ, ਜਦੋਂ ਦੇ ਕੁੜੀ ਘਰ ਚ ਆਈ ਇਹਨੇ ਕੱਖਾ ਵਾਂਗੂ ਰੋਲ ਕੇ ਰੱਖ ਦਿੱਤੀ ਹੈ। ਇੱਕ ਦਿਨ ਹੀ ਕਿਤੇ ਸੁਗਰਾ ਸਾਹ ਲੈਣ ਦਿੱਤਾ ਇਹਨੇ ਉਹਨੂੰ, ਹੈ ਉਹ ਵਿਚਾਰੀ ਗਾਂਹ ਗਈ, ਹੁਣ ਸੌਖੀ ਹੈ ਨਾ, ਐਡਾ ਵੱਡਾ ਕੰਮ ਹੋ ਗਿਆ ਘਰ 'ਚ, ਹੈ ਸਾਰਾ ਟੱਬਰ ਉਦੋਂ ਮਰ ਡਿਆ, ਇਹਨੂੰ ਕਿਤੇ ਅਜੇ ਵੀ ਕਿਤੇ ਇਹਦੇ ਮਨ 'ਤੇ ਮਾਸਾ ਅਸਰ ਨਹੀਂ ਹੈਗਾ। ਮੈਂ ਕਹਿੰਦਾ ਕਿ ਖੂਹ ਖਾਤੇ 'ਚ ਪੈ ਜਾ ਤੁਸੀਂ, ਕੱਢ ਲਵਾਂਗੇ ਤੈਨੂੰ ਵੀ, ਨਾਲ ਹੀ ਉਹਦੇ ਫੂਕ ਛੱਡਾਂਗੇ। ਛੱਡੋ ਸਾਰੀਆਂ ਇਹ ਵਾਲੀਆਂ ਗੱਲਾਂ ਨੂੰ, ਉਹ ਨਿੱਕੀ ਜੀ ਬਾਰੇ ਸੋਚੋ। ਉਹ ਤਾਂ ਨਿੱਕੀ ਜੀ ਦਾ ਕੀ ਆ ਹੁਣ, ਹੈ ਚਲੋ ਉਹਦੇ ਨਾਲ ਤਿੰਨ ਜੋ ਹੋ ਹੁਣ ਵੇਖੀ ਜਾਓ, ਜਿੰਨੇ ਜੋ ਵੀ ਹੈਗੇ ਉਹਦਾ ਕਰਾਂਗੇ। ਇਹ ਆ ਵੀ ਚੱਲ ਹੁਣ ਇਹਦਾ ਕਰੋ ਕੋਈ ਤਿਆਰੀ ਤੁਰੀ, ਵਿਚਾਰੀ ਨੂੰ ਜੋ ਵੀ ਕਹਿਣਾ ਫੋਨ ਫਾਨ ਕਰ ਦਿਓ ਸਾਰਿਆਂ ਨੂੰ। ਉਹ ਡੈਡੀ ਫੋਨ ਤੇ ਮੈਂ ਉਦੋਂ ਹੀ ਕਰਤਾ ਸਾਰਿਆਂ ਜਦੋਂ ਇਹ ਕੰਮ ਹੋ ਗਿਆ ਸੀ, ਇਹਨਾਂ ਦੇ ਪਿੰਡ ਵੀ ਫੋਨ ਕਰਤਾ ਰਵਿੰਦਰ ਕੇ ਵੀ ਆਉਂਦੇ ਹੋਣੇ, ਨਾਲੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਵਾ। ਬਾਕੀ ਗੱਲ ਇਹ ਹੋਇਆ ਬੜਾ ਮਾੜਾ,